ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਵਿਦਿਆਰਥਣ ਜਿਹੜੀ ਪੇਪਰ ਦੇ ਕੇ ਆਈ ਸੀ ਅਚਾਨਕ ਛੱਤ ਤੋਂ ਡਿੱਗ ਪੈਂਦੀ ਹੈਗੀ ਆ ਜਿਹਨੂੰ ਪੀਜੀਆ ਲੈ ਕੇ ਜਾਇਆ ਜਾਂਦਾ ਤੇ ਉੱਥੇ ਉਹਦੀ ਮੌਤ ਹੋ ਜਾਂਦੀ ਹੈ ਕੁੜੀ ਬੀਏ ਦੀ ਪੜ੍ਹਾਈ ਕਰ ਰਹੀ ਹੈਗੀ ਤੇ ਅੱਜ ਉਹਦਾ ਪੰਜਾਬੀ ਦਾ ਪੇਪਰ ਸੀ ਪੂਰਾ ਕੇਸ ਕੀ ਹੋ ਤਾਂ ਨੂੰ ਦੱਸਦੇ ਅਗੇ ਕਿ ਕੁੜੀ ਦੀ ਕਿਵੇਂ ਮੌਤ ਹੋਈ ਆ ਚੰਡੀਗੜ੍ਹ ਦੇ ਜਿਹੜਾ ਐਮਸੀਐਮ ਕਾਲਜ ਆ ਬੀਏ ਸੈਕੰਡ ਇਅਰ ਦੀ ਲੜਕੀ ਵਿਦਿਆਰਥਣ ਦੂਸਰੀ ਮੰਜ਼ਲ ਤੋਂ ਡਿੱਗ ਪਈ ਆ ਜਿਹਨੂੰ ਜ਼ਖਮੀ ਹਾਲਤ ਦੇ ਵਿੱਚ ਜਦੋਂ ਦਿੱਗੇ ਦੇਖਿਆ ਤੇ ਜਿਹੜੇ ਕਾਲਜ ਦੇ ਬਾਕੀ ਉਹਦੇ ਵਿਦਿਆਰਥੀ ਸਾਥੀ ਸੀ ਤੇ ਕਾਲਜ ਦੀ ਮੈਨੇਜਮੈਂਟ ਆ ਉਹ ਲੋਕ ਜਿਹੜੇ ਨੇ ਉਹ ਮੌਕੇ ਤੇ ਪਹੁੰਚਦੇ ਨੇ ਤੁਰੰਤ ਉਹਨੂੰ ਬਿਨਾ ਕਿਤੇ ਦੇਰੀ ਪੀਜੀਆਈ ਲੈ ਜਾਂਦੇ ਨੇ ਪੀਜੀਆਈ ਜੀ ਉਹਨੂੰ ਦਾਖਲ ਕਰਵਾਇਆ ਜਾਂਦਾ ਜੇਕਰ ਜਿੱਥੇ ਉਹਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਇਸ ਵਿਦਿਆਰਥਣ ਦੀ ਜਿਹੜੀ ਪਛਾਣ ਆ ਉਹ ਚੰਡੀਗੜ੍ਹ ਦੇ ਸੈਕਟਰ 37 ਦੀ ਦੱਸੀ ਜਾਂਦੀ ਹੈ ਉੱਥੇ ਸੈਕਟਰ 37 'ਚ ਰਹਿੰਦੀ ਸੀ ਨਾਮ ਇਹਦਾ ਕੁੜੀ ਦਾ ਨੰਨਿਆ ਦੱਸਿਆ ਜਾਂਦਾ ਮੁਢਲ ਤੌਰ ਤੇ ਜਿਹੜੀ ਜਾਣਕਾਰੀ ਮਿਲੀ ਹੈ ਕਹਿੰਦੇ ਕਿ ਜਿਹੜਾ ਹਾਸਾ ਉਦੋਂ ਹੋਇਆ ਜਦੋਂ ਅਨੰਨਿਆ ਕਾਲਜ ਦੇ ਵਾਸ਼ਰੂਮ ਜਾਣ ਵਾਸਤੇ ਪੌੜੀਆਂ ਚੜ੍ਹ ਰਹੀ ਸੀ ਉਸੇ ਤਰ੍ਹਾਂ ਉਹਦਾ ਜਿਹੜਾ ਪੈਰ ਹੈ ਉਹ ਫਿਸਲ ਗਿਆ ਜੋ ਹੀਠਾਂ ਡਿੱਗ ਪਈ ਤੇ ਡਿੱਗਦੇ ਸਾਰ ਉਹ ਬਿਉਸ਼ ਹੋ ਗਈ ਪਰ ਉਹ ਛੱਤ ਤੋਂ ਡਿੱਗਣ ਕਾਰਨ ਉਹ ਕਾਫੀ ਜ਼ਖਮੀ ਹਾਲਤ ਵਿੱਚ ਹੀ ਕਾਫੀ ਲਹੂ ਵਹਿ ਰਿਹਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਅਨੰਨਿਆ ਦਾ ਬੀਏ ਸੈਕੰਡ ਇਅਰ ਦਾ ਪੇਪਰ ਸੀ ਤੇ ਉਹਦਾ ਅੱਜ ਪੰਜਾਬੀ ਦਾ ਪੇਪਰ ਸੀ ਤੇ ਪੀਪਰ ਦੇਣ ਤੋਂ ਬਾਅਦ ਉਹ ਕਾਲਜ ਆਈ ਸੀ ਇਸੇ ਦਰਮਿਆਨ ਲੜਕੀ ਦੇ ਪਿਤਾ ਮੁਕੇਸ਼ ਨੇ ਦੱਸਿਆ ਗਿਆ ਕਿ ਉਹ ਸਵੇਰੇ ਸਾਰੇ ਸਾਰਿਆਂ ਜਾਣੇ ਨੇ ਜਿਹੜਾ ਨਾਸ਼ਤਾ ਉਹ ਇਕੱਠਾ ਕੀਤਾ ਸੀ ਫਿਰ ਉਹ ਕਿਸੇ ਕੰਮ ਵਾਸਤੇ ਲੁਧਿਆਣੇ ਚੱਲ ਗਏ ਜਦੋਂ ਅਚਾਨਕ ਉਹਦੀ ਬੇਟੀ ਦੀ ਡਿੱਗਣ ਦੀ ਖਬਰ ਆਈ ਤੇ ਉਹ ਵਾਪਸ ਆਏ ਪੀਜੀਆ ਹੀ ਪਤਾ ਲੱਗਾ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹਿਿਆਗੇ ਉਹਦੀ ਮੌਤ ਹੋ ਚੁੱਕੀ ਉਹਦਾ 2 ਵਜੇ ਤੱਕ ਪੀਪਰ ਸੀ ਉਥੇ ਕਾਲਜ ਸੁਪਰਡੈਂਟ ਪਵਨ ਸ਼ਰਮਾ ਨੇ ਦੱਸਿਆ ਕਿ ਨਨਿਆ ਨੂੰ ਜਿਹੜੇ ਉਹਨੂੰ ਪੀਜੀਆਈ ਕਰੀਬ 12:25 ਮਿੰਟ ਤੇ ਲੈ ਕੇ ਗਏ ਨੇ ਪਰ ਨਾਲ ਦੀ ਨਾਲ ਇਹ ਗੱਲ ਵੀ ਹੁਣ ਚਰਚਾ ਦੇ ਵਿੱਚ ਹੈ ਕਿ ਆਖਰ ਕੀ ਵਜ੍ਹਾ ਹੈ ਕਿ ਨਨਿਆ ਏਡੀ 36 ਆ ਗਈ ਪੇਪਰ ਦੇ ਕੇ ਕਿਉਂਕਿ ਜਦ ਕਿ ਉਹਦਾ ਪੇਪਰ 2 ਵਜੇ ਸੀ ਹੁਣ ਪੁਲਿਸ ਜਿਹੜੀ ਆ ਉਹ ਕਾਲਜ ਫੈਕਲਟੀ ਦੇ ਨਾਲ ਗੱਲਬਾਤ ਕਰੀ ਹੈ ਸੈਕਟਰ 36 ਦੇ ਜਿਹੜੇ ਪੁਲਿਸ ਕਰਮਚਾਰੀ ਨੇ ਮੁਲਾਜ਼ਮ ਨੇ ਉਹ ਕਾਲਜ ਫੈਕਲਟੀ ਦੇ ਨਾਲ ਪੁੱਛਗਿੱਛ ਕਰਨ ਵਿੱਚ ਜੁਟ ਗਏ ਨੇ ਇਸ ਦੌਰਾਨ ਮਿਆਂ ਪਤਾ ਲੱਗਾ ਕਿ ਨਨਿਆ ਪੜਾਈ ਵਿੱਚ ਕਾਫੀ ਹਿਸ਼ਾਰ ਸੀ ਕਾਲਜ ਦੇ ਪਰ ਪ੍ਰਬੰਧਨ ਅਨੁਸਾਰ ਉਹਨਾਂ ਦੇ ਨੋਟਿਸ ਦੇ ਵਿੱਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਆਈ ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕਿਸੇ ਮਾਨਸਿਕ ਪਰੇਸ਼ਾਨੀ ਚੋਂ ਲੰਘ ਰਹੀ ਸੀ ਇਨਵੈਸਟੀਗੇਸ਼ਨ ਅਫੀਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧ ਵਿੱਚ ਸੂਚਨਾ ਮਿਲੀ ਹੈ ਤੇ ਹੁਣ ਸੈਕਟਰ 36 ਦੇ ਜਿਹੜੇ ਪੁਲਿਸ ਸਟੇਸ਼ਨ ਦੇ ਐਸ ਐਚ ਓ ਜਸਪਾਲ ਸਿੰਘ ਇਹਨੇ ਦੱਸਿਆ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਲੜਕੀ ਨੂੰ ਕਿਸੇ ਨੇ ਧੱਕਾ ਵਗੈਰਾ ਤਾਂ ਨਹੀਂ ਦਿੱਤਾਗਾ ਹੁਣ ਇਹ ਪੁਲਿਸ ਇਸ ਮਸਲੇ ਦੇ ਵਿੱਚ ਜਾਂਚ ਕਰੀ ਹੈ ਕਿ ਉਹ ਕਿਵੇਂ ਡਿੱਗੀ ਹੈਗੀ ਆ ਜਾਂ ਕੋਈ ਤੱਕਾ ਦੇਣ ਵਾਲੀ ਗਲਤ ਨਹੀਂ ਹੈਗੀ ਪਰ ਦੂਜੇ ਪਾਸੇ ਵੀ ਹੈ ਕਿ ਹੁਣ ਕਾਲਜ ਦੇ ਜਿਹੜੀ ਸੀਸੀਟੀ ਫੁਟੇਜ ਉਹ ਵੀ ਦੇਖੀ ਜਾ ਰਹੀ ਹੈ ਕਿਉਂਕਿ ਦੂਸਰੀ ਮੰਜ਼ਲ ਤੋਂ ਉਹ ਡਿੱਗੀ ਹੈਗੀ ਆ ਉਥੇ ਕੁੜੀ ਦੇ ਪਿਤਾ ਮਕੇਸ਼ ਕੁਮਾਰ ਨੇ ਦੱਸਿਆ ਗਿਆ ਕਿ ਕਾਲਜ ਤੇ ਉਹਨਾਂ ਨੂੰ ਕੋਈ ਸ਼ੱਕ ਨਹੀਂ ਆ ਬੇਟੀ ਉਹਨਾਂ ਨੂੰ ਦੱਸ ਕੇ ਹੀ ਕਾਲਜ ਗਈ ਸੀ ਉਧਰ ਐਸਐਚਓ ਸੈਕਟਰ 36 ਜਸਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਜਿਹੜਾ ਅਨੰਨਿਆ ਦਾ ਜਿਹੜੀ ਬੋਡੀ ਹੈ ਉਹਨੂੰ ਪੋਸਟਮਾਰਟਮ ਲਈ ਕਰਵਾਇਆ ਜਾ ਰਿਹਾ ਤੇ ਧਾਰਾ 134 सीआरपीसी ਦੇ ਤਹਿਤ ਕਾਰਵਾਈ ਦਾ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਅਨੰਨਿਆ ਡਿੱਗੀ ਕਿਵੇਂ ਆ ਔਰ ਪੇਪਰ 2 ਵਜੇ ਸੀ ਤੇ ਉਹ ਪਹਿਲਾਂ ਕਿਵੇਂ ਆਈ ਇਹ ਸਾਰੀ ਹੁਣ ਜਾਂਚ ਦਾ ਵਿਸ਼ਾ ਹੈਗਾ ਪੰਜਾਬੀ ਦਾ ਪੇਪਰ ਸੀ ਕੁੜੀ ਕਾਫੀ ਵਿਦਿਆਰਥਣ ਕਾਫੀ ਅਸ਼ਾਰ ਦੱਸੀ ਜਾ ਰਹੀ ਲੇਕਿਨ ਫਿਲਹਾਲ ਪੁਲਿਸ ਨੇ ਕੇਸ ਰਜਿਸਟਰਡ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਰਲਾਲ ਤੁਸੀ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ